ਨਹੀਂ ਕਰਦਾ ਮਸਲਾ ਸਾਡੇ ਤਾਂ ਡਾਂਗਾ ਲਾਉਂਦਾ ਹੈ ਕਿੱਥੇ ਕਰਦਾ ਹੱਲ ਓਏ। ਅੱਜ ਮਾਨਸਾ ਵਿਖੇ ਸੀਐਮ ਚੰਨੀ ਦੀ ਰੈਲੀ ਵਿੱਚ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਬੇਰੋਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਜੀਟੀਟੀ ਯੂਨੀਅਨ ਵਿੱਚ ਕੰਮ ਕਰ ਰਹੇ ਹੈਗੇ, ਸਾਨੂੰ ਜੀ ਪਹਿਲਾਂ ਤਾਂ ਇਹਨਾਂ ਨੇ ਸਾਡਾ ਪੇਪਰ ਨਹੀਂ ਲਿਆ, ਹੋਰ ਅਸੀਂ ਧਰਨੇ ਪ੍ਰਦਰਸ਼ਨ ਕਰਾਏ ਵੀ ਸਾਡਾ ਪੇਪਰ ਲਓ। ਪੇਪਰ ਲੈਣ ਤੋਂ ਬਾਅਦ ਇਹਨਾਂ ਨੇ ਸਾਡਾ ਰਿਜ਼ਲਟ ਨਹੀਂ ਕੱਢਿਆ, ਉਹਦੇ ਵਾਸਤੇ ਵੀ ਸਾਨੂੰ ਧਰਨੇ ਲਾਉਣੇ ਪਏ। ਅਸੀਂ ਪਹਿਲਾਂ ਪੜ੍ਹੇ ਸੈਂਟਰਾਂ 'ਚ ਪੈਸੇ ਦਿੱਤੇ, ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪਿਆ ਵੀ ਸਾਡਾ ਪੇਪਰ ਲੈ ਲਓ। ਪੇਪਰ ਲੈਣ ਤੋਂ ਬਾਅਦ ਇੱਕ ਕੋਰਟ ਦਾ ਬਹਾਨਾ ਲਾ ਕੇ ਕਹਿੰਦੇ ਨੇ ਵੀ ਕੋਰਟ 'ਚ ਵਾਜੀ ਕਰਦੇ, ਅਸੀਂ ਕੁਛ ਨਹੀਂ ਕਰ ਸਕਦੇ, ਸਾਰਾ ਕੁਛ ਕਰ ਸਕਦੇ ਨੇ, ਕੀ ਨਹੀਂ ਕਰ ਸਕਦੇ, ਸਿਰਫ ਐਲਾਨ ਕਰਨੇ ਆਉਂਦੇ ਨੇ। ਮੈਂ ਧਾਰ ਕੱਢ ਲੈਂਦਾ, ਮੈਂ ਸੰਨੀ ਲਾ ਲੈਂਦਾ, ਇਹ ਤਾਂ ਮੈਂ ਵੀ ਲਾ ਲੈਂਦਾ, ਫਿਰ ਮੈਨੂੰ ਬਣਾ ਦਿਓ ਮੁੱਖ ਮੰਤਰੀ। ਹੁਣ ਇੱਥੇ ਕੀ ਕਰਨਾ, ਅਸੀਂ ਕੀ ਹੋਇਆ? ਅਸੀਂ ਮੁੱਖ ਮੰਤਰੀ ਦਾ ਵਿਰੋਧ ਕਰਨਾ, ਸਾਡੀਆਂ 635 ਪੋਸਟਾਂ ਪੂਰੀਆਂ ਕਰੋ ਜੀ, ਉਸ ਕੋਰਟ ਦਾ ਬਹਾਨਾ ਲਾ ਕੇ ਪੂਰੀਆਂ ਨਹੀਂ ਕਰ ਰਹੇ, ਅਸੀਂ ਜ਼ੋਰ ਹੀ ਲਾ ਲਿਆ ਜੀ, ਤੁਹਾਨੂੰ ਕਹਿ ਕਹਿ ਕੇ ਪਰ ਮੰਨ ਹੀ ਨਹੀਂ ਰਹੇ। ਹੁਣ ਕੀ ਹੋਇਆ ਫਿਰ, ਹੁਣ ਕੀ ਹੋਇਆ ਇੱਥੇ? ਹੁਣ ਸਾਡੇ ਤੇ ਲਾਠੀ ਚਾਰਜ ਹੋਏ, ਸਾਨੂੰ ਧੱਕੇ ਮਾਰ ਕੇ ਪੰਡਾਲ ਚੋਂ ਬਾਹਰ ਕੱਢੇਗਾ। ਲੋਕ ਕਹਿੰਦੇ ਨੇ ਘਰ ਘਰ ਚੱਲੀ ਗੱਲ, ਚੰਨੀ ਘਰ ਦਾ ਮਸਲਾ, ਸਾਡੇ ਤਾਂ ਡਾਂਗਾ ਲਾਉਂਦਾ ਹੈ, ਕਿੱਦੇ ਕਰਦਾ ਹੱਲ ਓਏ, ਅਸੀਂ ਕਿੱਧਰ ਜਾਈਏ, ਅਸੀਂ ਮਰ ਜਾਈਏ, ਸਾਨੂੰ ਟਾਵਰਾਂ ਦੇ ਚੜ੍ਹ ਚੜ੍ਹ ਕੇ ਪੋਸਟਾਂ ਲੈਂਦੇ, ਅਸੀਂ ਕਿੱਧਰ ਜਾਈਏ, ਮਰ ਜਾਈਏ, ਅਸੀਂ ਸਾਡੇ ਗੋਲੀ ਮਾਰ ਦਿਓ। ਅੱਜ ਅਸੀਂ ਜੀ ਸਾਨੂੰ ਪ੍ਰਸ਼ਾਸਨ ਨੇ ਪਰਸੋਂ ਮੀਟਿੰਗ ਲਈ ਬੁਲਾਇਆ ਸੀ ਵੀ ਮੁੱਖ ਮੰਤਰੀ ਸਾਹਿਬ ਆਉਣਗੇ ਤਾਂ ਤੁਹਾਡੀ ਮੀਟਿੰਗ ਕਰਾਈ ਜਾਊਗੀ। ਤਾਂ ਜਿਵੇਂ ਕੱਲ੍ਹ ਵੀ ਅਸੀਂ ਬਹੁਤ ਵੱਡਾ ਜਿਹੜਾ ਪੰਜਾਬ ਭਵਨ ਦੇ ਵਿੱਚ ਪ੍ਰੋਟੈਸਟ ਕੀਤਾ ਅਤੇ ਉੱਥੇ ਵੀ ਜਿਹੜਾ ਸਾਨੂੰ ਬੱਸਾਂ ਦੇ ਵਿੱਚ ਲੱਦ ਕੇ 39 ਦੇ ਥਾਣੇ ਲਿਜਾ ਕੇ ਬੰਦ ਕਰ ਦਿੱਤਾ। ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੈਂ ਧੀਆਂ ਭੈਣਾਂ ਦਾ ਰਾਖ ਹਾਂ, ਮੈਂ ਆਮ ਇਨਸਾਨ ਹਾਂ, ਪਰ ਅਸੀਂ ਵੀ ਤਾਂ ਆਮ ਇਨਸਾਨ ਹਾਂ ਅਤੇ ਅੱਜ ਉਹਨਾਂ ਨੇ ਆਪਦੇ ਗੁੰਡੇ ਲਿਆ ਕੇ ਪੁਲਿਸ ਦੇ ਵਿੱਚ ਉਹ ਵਾੜ ਕੇ ਧੀਆਂ ਭੈਣਾਂ ਅਤੇ ਜਿਹੜਾ ਜੈਂਟਸ ਸਟਾਫ ਸੀ ਉਹਨੇ ਲਾਠੀਆਂ ਚਲਾਈਆਂ, ਅਸੀਂ ਇਹਦੀ ਘੋਰ ਨਿੰਦਾ ਕਰਦੇ ਹਾਂ। ਅਤੇ ਜਿੰਨੀ ਦੇਰ ਸਾਡੀਆਂ ਮੰਗਾਂ ਜਿਵੇਂ ਮੁੱਖ ਮੰਤਰੀ ਸਾਹਿਬ ਕੋਲ ਪਹੁੰਚੀਆਂ ਹੋਈਆਂ ਨੇ, ਹਰੇਕ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਹੋਈ ਹੈ, ਤਾਂ ਜੇਕਰ ਸਾਡੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ, ਮੁੱਖ ਮੰਤਰੀ ਸਾਹਿਬ ਪੰਜਾਬ 'ਚ ਜਿੱਥੇ ਵੀ ਜਾਣਗੇ ਉੱਥੇ ਜਿਹੜਾ ਅੱਜ ਹਸ਼ਰ ਹੋਇਆ ਇਹੀ ਹੋਏਗਾ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇਗਾ। ਜਿਹੜੇ ਸੀਐਮ ਸਾਹਿਬ ਨੇ ਜੋ ਬਿਲਕੁਲ ਝੂਠ ਬੋਲ ਰਹੇ ਨੇ, ਇੱਕ ਤਰ੍ਹਾਂ ਦੇ ਗੱਪੀ ਮੰਤਰੀ ਨੇ, ਜਿਹੜੇ ਲੋਕ ਨੇ ਉਹਨਾਂ ਤੋਂ ਦੁਖੀ ਆ ਗਏ, ਅੱਜ ਆਮ ਜਨਤਾ ਨੂੰ ਇਹ ਸਮਝ ਆ ਗਈ ਕਿ ਇਹ ਸਿਰਫ ਗੱਪ ਮਾਰਦਾ। ਅੱਜ ਜਿਹੜਾ ਇਹਨੇ ਇੰਨੇ ਹਜ਼ਾਰਾਂ ਲੋਕਾਂ ਦਾ ਇਕੱਠ ਦਿਖਾਇਆ, ਸਿਰਫ ਕਿਰਾਏ 'ਤੇ ਲਿਆ ਕੇ ਇਹਨਾਂ ਲੋਕ ਦਿਖਾਏ ਨੇ, ਜਿਹੜੇ ਨਾਲ ਇਹਨਾਂ ਦੇ ਦੂਸਰੇ ਨੀਚਲੇ ਮੰਤਰੀ ਨੇ ਉਹਨਾਂ ਨੇ, ਪਰ ਇਹ ਜਿਹੜਾ ਮੰਤਰੀ ਕੁਛ ਨਹੀਂ ਕਰ ਸਕਦਾ, ਇਹਨੇ ਸਾਨੂੰ ਵੀ ਮੀਟਿੰਗ ਵਾਸਤੇ ਬੁਲਾਇਆ ਸੀ, ਸਿਰਫ ਇੱਕ ਲਾਰਾ ਸੀ ਕਿ ਲੋਕ ਇਕੱਠੇ ਹੋ ਕੇ ਕੁਛ ਨਾ ਕਰਨ, ਇੱਕ ਲੋਲੀਪੋਪ ਦੇਣੀ ਸੀ। ਪਰ ਅਸੀਂ ਇਸ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹਦੀ ਸਮਝ ਆ ਚੁੱਕੀ ਹੈ, ਅਸੀਂ ਆਪਦੀਆਂ ਮੰਗਾਂ ਮਨਵਾਉਣ ਦੇ ਲਈ ਜੇਕਰ ਇਹ ਹੁਣ ਘਰ ਘਰ ਕਿਤੇ ਵੀ ਜਾਣਗੇ ਤਾਂ ਅਸੀਂ ਇਹਨਾਂ ਨੂੰ ਖੇਤਰਾਂ ਦੇ ਹਾਰ ਪਾਵਾਂਗੇ। ਅੱਜ ਇਹਨਾਂ ਨੇ ਕੀ ਕੀਤਾ, ਅਸੀਂ ਸਿਰਫ ਆਪਦਾ ਸ਼ਾਂਤਮਈ ਤਰੀਕੇ ਨਾਲ ਇਹਨਾਂ ਨੂੰ ਕਹਿ ਰਹੇ ਸੀ ਵੀ ਸਾਡੀ ਗੱਲ ਕਰਵਾ ਦਿਓ, ਗੱਲ ਕਰਵਾਉਣ ਦੀ ਬਜਾਏ ਇਹਨਾਂ ਨੇ ਕੀ ਕੀਤਾ, ਸਾਡੇ 'ਤੇ ਲਾਠੀ ਚਾਰਜ ਕਰਵਾਇਆ, ਪੁਲਿਸ ਨੇ ਜੈਂਟਸ ਪੁਲਿਸ ਨੇ ਲੇਡੀਜ਼ ਦੇ ਉੱਤੇ ਧੱਕਾਸ਼ਾਹੀ ਕੀਤੀ ਹੈ, ਇੰਨੀਆਂ ਲੇਡੀਜ਼ ਨੂੰ ਕੁੱਟ ਕੁੱਟ ਕੇ ਧੱਕੇ ਮਾਰ ਮਾਰ ਕੇ ਜੈਂਟਸ ਪੁਲਿਸ ਨੇ ਸਿੱਟਿਆ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਜਗ੍ਹਾ ਜਗ੍ਹਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਭਾਰ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਅੱਜ ਬੇਰੋਜ਼ਗਾਰ ਅਧਿਆਪਕ ਮਾਨਸਾ ਰੈਲੀ ਦੌਰਾਨ ਚੰਨੀ ਖਿਲਾਫ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਸਨ, ਜਿੱਥੇ ਪੁਲਿਸ ਵੱਲੋਂ ਅਧਿਆਪਕਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ। ਮਾਨਸਾ ਤੋਂ ਅਮਰਜੀਤ ਸਿੰਘ, ਪੰਜਾਬ ਤੱਕ।